250 ਸਾਲਾਂ ਗੁਰਪੁਰਬ ਮਨਾਉਣ ਨੂੰ ਆਪਾਂ ਤਿਆਰ ਹੋਏ ਖੜੇ ਆ ਤੇ ਪਰਸੋਂ ਇਹਨਾਂ ਦੇ ਮੰਤਰੀ ਸਾਹਿਬਾਂ ਦਾ ਬਿਆਨ ਲੱਗਿਆ ਇੱਥੇ, ਕਹਿੰਦੇ ਜੀ GST ਦਾ ਜੇ ਪੈਸਾ ਪੰਜਾਬ ਸਰਕਾਰ ਨੇ ਦਿੱਤਾ ਨੀ ਧਾਜਵਾਲ ਸਾਹਿਬ, ਕਹਿੰਦੇ ਉਹਨਾਂ ਨੇ ਆ ਕਹਿਤਾ। ਕੈਪਟਨ ਸਾਹਿਬ ਨੂੰ ਪਤਾ ਲੱਗਿਆ, ਉਹਨਾਂ ਨੂੰ ਬਿਲਕੁਲ ਚੈੱਕ ਸਾਈਨ ਕਰਾ ਕੇ ਲੈ ਗਏ ਸੀ, ਕਿੱਥੇ ਰਹਿ ਗਿਆ ਪੈਸਾ। ਉੱਥੇ ਬੈਠੇ ਅਫਸਰ ਨੂੰ ਖਿੱਚੀ ਜਾਵੇ, ਮੈਂ ਬਾਈ ਚਾਂਸ ਕੋਲ ਬੈਠਾ ਸੀ, ਮੈਂ ਕਿਹਾ ਕੈਪਟਨ ਸਾਹਿਬ ਕਿਹੜੇ ਚੱਕਰਾਂ ਚ ਪਏ ਹੋ ਤੁਸੀਂ, ਕਿਹੜੇ ਪਾਸੇ ਇਹਨਾਂ ਨੂੰ ਜਵਾਬ ਦੇਈ ਜਾਂਦੇ, ਉਹਨਾਂ ਨੂੰ ਸਵਾਲ ਪੁੱਛੋ, GST ਲਾਈ ਕੀ ਨੇ ਸਭ, GST ਲੱਗੀ ਕਿਉਂ, ਉਹ GST ਗੁਰੂ ਘਰ ਦੇ ਲੰਗਰ ਦੇ ਉੱਤੇ ਟੈਕਸ ਲਵਾਤਾ ਤੁਸੀਂ, ਜਜ਼ੀਆ ਟੈਕਸ ਹੈ ਸਾਹਿਬ, ਗੋਰਿਆਂ ਨੇ ਵੀ ਨਹੀਂ ਲਾਇਆ, ਮੁਗਲਾਂ ਨੇ ਨਹੀਂ ਲਾਇਆ ਸੀਗਾ, ਆ ਜਿਹੜਾ BJP ਸਰਕਾਰ ਨੇ ਠੋਕਤਾ। ਤੁਸੀਂ ਮਾਨ ਸਾਹਿਬ ਗੱਲ ਕਰਦੇ ਹੋ, ਇਹ ਧਰਮ ਦੇ ਨਾਂ ਤੇ ਬਣੀ ਹੈ ਪਾਰਟੀ, BJP ਵਾਲੇ ਵੋਟ ਮੰਗਣ ਆਉਣਗੇ ਧਰਮ ਦੇ ਨਾਂ ਤੇ, ਸਾਡਾ ਮੰਦਿਰ ਦਿੱਲੀ ਚ ਸਾਡਾ ਮੰਦਿਰ ਇਹਨਾਂ ਨੂੰ ਮੰਦਿਰ ਲੱਗਦਾ, ਗੁਰੂ ਘਰ ਲੰਗਰ ਉਹਦੇ ਤੇ ਟੈਕਸ ਲਾਤਾ, ਕਹਿੰਦੇ ਅਸੀਂ ਧਰਮ ਦੀ ਗੱਲ ਕਰਦੇ ਸਾਹਿਬ। ਸਭ ਦੋ ਗਲੀ ਨੀਤੀ ਮੈਂ ਜਿਹੜੀਆਂ ਗੱਲਾਂ ਤੁਹਾਡੇ ਸਾਹਮਣੇ ਰੱਖਿਆ, ਤੁਸੀਂ ਸਾਰੇ ਪਾਰਟੀ ਬੈਠੇ ਹੋ, ਮੇਰੇ ਤੋਂ ਸਾਰੇ ਸਿਆਣੇ ਹੋ, ਮੈਂ ਕੋਈ ਚਿੱਟਾ ਲੀੜਾ ਪਾ ਕੇ ਖੜ ਗਿਆ, ਮਤਲਬ ਆ ਹੀ ਨੇ ਮੇਰੇ ਕੋਲ ਖੰਘ ਨਿਕਲੇ ਤੁਹਾਡੇ ਚੋਂ, ਮੈਂ ਨਿਕਲਿਆ, ਪਰ ਗੱਲ ਨੂੰ ਗੱਲ ਕਹਿਣੀ ਪਊਗੀ। ਦੋ ਗਲੀ ਨੀਤੀ ਨਹੀਂ ਚੱਲ ਸਕਦੀ ਸਾਹਿਬ, ਸਾਡੇ ਤਾਂ ਲੰਗਰ ਦੇ ਉੱਤੇ ਤੁਸੀਂ ਟੈਕਸ ਲਾਤਾ, ਸਾਡੇ ਤੋਂ ਜਵਾਬ ਮੰਗੀ ਜਾਂਦੇ ਪੈਸੇ ਕਿੱਧਰ ਗਏ, ਤੇ ਤੁਸੀਂ ਬੋਲੇ ਕਿਉਂ ਨੀ। ਜੇ ਕਦੇ ਵਾਕਈ ਬਾਦਲ ਸਾਹਿਬ ਨੂੰ ਦੇਤਾ ਕਦੇ ਫਖਰੇ ਕੌਮ ਖਿਤਾਬ ਦੇਤਾ, ਉਹਨਾਂ ਚੀਮਾ ਸਾਹਿਬ ਨੇ ਫੜਾਇਆ ਸੀ, ਕਿਹੜਾ ਕਿਸੇ ਸੰਗਤ ਨੇ ਦਿੱਤਾ, ਚੀਮਾ ਸਾਹਿਬ ਨੇ ਦੇਤਾ, ਉਦੋਂ ਮੰਤਰੀ ਸੀ, ਕਹਿੰਦੇ ਜੀ ਇਹਨਾਂ ਨੂੰ ਫਖਰੇ ਕੌਮ ਨਾਲ ਨਵਾਜਿਆ ਜਾਂਦਾ, ਤੇ ਫਖਰੇ ਕੌਮ ਤਾਂ ਉੱਧਰ ਬਣਦੇ ਸਾਹਿਬ। ਮੈਂ ਕਹਿੰਦਾ ਬਾਦਲ ਸਾਹਿਬ ਨੇ ਤੁਸੀਂ ਵਾਕਈ ਫਖਰੇ ਕੌਮ ਹੋ, ਜਿੱਧਰ ਆ ਲੰਗਰ ਤੇ ਲਾਇਆ ਸੀਗਾ ਇਹਨਾਂ ਨੇ ਗੁਰੂ ਘਰ ਦੇ ਲੰਗਰ ਤੇ, ਉੱਧਰ ਕਹਿੰਦੇ ਸੁਖਬੀਰ ਬਾਦਲ ਕਹਿੰਦੇ ਕਦੇ ਆ ਛੱਡਿਆ ਸੀ ਮੰਤਰੀ ਮੰਡਲ ਵਾਲਾ ਉਹਦਾ, ਆ ਫੂਡ ਮਿਨਿਸਟਰੀ ਸਾਨੂੰ ਮਨਜ਼ੂਰ ਨਹੀਂ, ਅਸੀਂ ਸਾਡੇ ਗੁਰੂ ਦੇ ਘਰ ਦੇ ਲੰਗਰ ਟੈਕਸ ਨਹੀਂ ਲੱਗਣੇ। ਉਦੋਂ ਤਾਂ ਤਾਲੀਆਂ ਵਜਾਈ ਜਾਂਦੇ ਸੀਗੇ, ਪਹਿਲਾਂ ਲਾ ਲੈਂਦੇ ਆ ਫਿਰ ਹਟਾ ਲੈਂਦੇ ਆ, ਇੱਕ ਤਾਂ ਛਿੱਤਰ ਮਾਰਦੇ ਆ ਤੇ ਨਾਲ ਰੋਣ ਵੀ ਨਹੀਂ ਦਿੰਦੇ। ਗੁਲਦਸਤਾ ਦੇ ਕੇ ਗਏ ਸਾਰਾ, ਅਕਾਲੀ ਦਲ ਇੱਥੋਂ ਇਕੱਠਾ ਹੋ ਕੇ ਗਿਆ ਮੋਦੀ ਸਾਹਿਬ ਕੋਲ ਗੁਲਦਸਤਾ ਲੈ ਕੇ, ਜੀ ਤੁਸੀਂ ਲੰਗਰ ਤੇ ਟੈਕਸ ਹਟਾ ਦਾ ਲਾਇਆ ਕਿਉਂ ਸਰ। ਨਵੀਆਂ ਤੇ ਤਾਜ਼ਾ ਖਬਰਾਂ ਸਭ ਤੋਂ ਪਹਿਲਾਂ ਵੇਖਣ ਲਈ ਸਾਡਾ YouTube ਚੈਨਲ ਸਬਸਕ੍ਰਾਈਬ ਕਰੋ। ਸਾਂਝ ਟੀਵੀ ਤੇ ਸਿਰਫ ਖਬਰਾਂ ਜਾਣਨ ਦੇ ਲਈ ਨਹੀਂ, ਸੱਭਿਆਚਾਰਕ ਪ੍ਰੋਗਰਾਮ, ਖਾਸ ਮੁਲਾਕਾਤ ਦੇ ਵਿੱਚ ਸੋਸ਼ਲ ਇਸ਼ੂ, ਪੋਲੀਟੀਕਲ ਇਸ਼ੂ, ਇਹਨਾਂ ਸਾਰੇ ਇਸ਼ੂਜ਼ ਨੂੰ ਜਾਣਨ ਦੇ ਲਈ ਸਬਸਕ੍ਰਾਈਬ ਕਰੋ ਆਪਣਾ YouTube ਚੈਨਲ ਸਾਂਝ ਟੀਵੀ।